ਨਮਸਕਾਰ ਖਬਰਾਂ ਦੇ ਸੁਬਹ ਲੇਟਨ 'ਚ ਤੁਹਾਡਾ ਸਵਾਗਤ ਹੈ ਮੈਂ ਹਾਂ ਸਵਰਨਜੀਤ ਸਿੰਘ ਪਹਿਲਾ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਭਰ ਵਿੱਚ ਇਥੈਨੌਲ ਦੇ ਉਤਪਾਦਨ ਅਤੇ ਵੰਡ ਬਾਰੇ ਰੋਡਮੈਪ ਜਾਰੀ ਕੀਤਾ ਗਿਆ ਹੈ ਕਿਹਾ ਇਥੈਨੌਲ ਦਾ ਅਸਰ ਕਿਸਾਨਾਂ ਦੇ ਜੀਵਨ ਤੇ ਵੀ ਹੋਵੇਗਾ ਕਿਹਾ ਕਿ ਇਥੈਨੌਲ ਉਤਪਾਦਨ ਨਾਲ ਖੇਤੀ ਸਹਾਇਕ ਧੰਧਾਂ ਨੂੰ ਹੱਲਾਸ਼ੇਰੀ ਮਿਲੇਗੀ ਅਤੇ ਖੇਤੀ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਵਿੱਚ ਵੀ ਮਦਦ ਮਿਲੇਗੀ ਭਾਰਤ ਵਿੱਚ ਕਰੋਨਾ ਦੇ ਨਵੇਂ ਮਾਮਲਿਆਂ ਵਿੱਚ ਗਰਾਵੜ ਦਾ ਰੁਝਾਨ ਜਾਰੀ 58 ਦਿਨਾਂ ਵਿੱਚ ਸਭ ਤੋਂ ਵੱਧ 120000 ਨਵੇਂ ਮਾਮਲੇ ਸਾਹਮਣੇ ਆਏ ਬੀਤੇ 24 ਘੰਟਿਆਂ ਦੌਰਾਨ 197000 ਤੋਂ ਵੱਧ ਮਰੀਜ਼ਾਂ 'ਤੇ ਇਤਿਜਾਬ ਐਲਾਨੇ ਗਏ ਸੂਚਨਾ ਤੇ ਪ੍ਰਧਾਨ ਮੰਤਰੀ ਪ੍ਰਕਾਸ਼ ਜੈਵਦੀਕਰ ਨੇ ਕੋਵਿਡ ਦੇ ਮਾੜੇ ਪ੍ਰਬੰਧਨ ਅਤੇ ਕੋਵਿਡ ਵੈਕਸੀਨ ਤੋਂ ਫਾਇਦਾ ਕਮਾਉਣ ਲਈ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ। ਪੰਜਾਬ ਸਰਕਾਰ ਨੇ ਪ੍ਰਾਈਵੇਟ ਹਸਪਤਾਲਾਂ ਤੋਂ ਕੋਵਿਡ ਵੈਕਸੀਨ ਵਾਪਸ ਲੈਣ ਦੇ ਹੁਕਮ ਦਿੱਤੇ। ਵਾਪਸ ਲਏ ਗਏ ਟੀਕੇ ਸਰਕਾਰੀ ਟਿਕਾ ਕਰਨ ਕੇਂਦਰਾਂ ਵਿਖੇ 18 ਤੋਂ 44 ਸਾਲ ਤੱਕ ਦੀ ਉਮਰ ਵਰਗ ਨੂੰ ਮੁਫਤ ਲਗਾਏ ਜਾਣਗੇ। ਅਮਰੀਕਾ ਨੇ ਨਜਰਸਾਨੀ ਦਾ ਕੰਮ ਕਰਨ ਵਾਲੀਆਂ ਕੁਝ ਹੋਰ ਚੀਨੀ ਕੰਪਨੀਆਂ ਤੇ ਪਾਬੰਦੀ ਲਗਾਈ। ਪਾਬੰਦੀਸ਼ੁਦਾ ਚੀਨੀ ਕੰਪਨੀਆਂ ਦੀ ਗਿਣਤੀ 48 ਤੋਂ ਵੱਧ ਕੇ 59 ਹੋਈ। ਦੇਖੋ ਖਬਰਾਂ ਵਿਸਤਾਰ ਨਾਲ। ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਬੋਲਦਿਆਂ ਕਿਹਾ ਕਿ ਦੇਸ਼ ਪੱਧਰ ਤੇ ਇਥੇਨੋਲ ਦੇ ਉਤਪਾਦਨ ਅਤੇ ਵੰਡ ਬਾਰੇ ਰੋਡਮੈਪ ਜਾਰੀ ਕੀਤਾ ਗਿਆ ਏ। ਉਹਨਾਂ ਕਿਹਾ ਕਿ 7-8 ਸਾਲ ਪਹਿਲਾਂ ਇਥੇਨੋਲ ਬਾਰੇ ਕੋਈ ਚਰਚਾ ਨਹੀਂ ਹੁੰਦੀ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਥੇਨੋਲ ਦਾ ਅਸਰ ਕਿਸਾਨਾਂ ਦੇ ਜੀਵਨ ਤੇ ਵੀ ਪੈ ਰਿਹਾ ਏ। ਕਿਸਾਨਾਂ ਨਾਲ ਗੱਲਬਾਤ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਵੱਲੋਂ 2020 ਤੋਂ 2025 ਦੇ ਦੌਰਾਨ ਇਥੈਨੋਲ ਮਿਸ਼ਨ ਨਾਲ ਸੰਬੰਧਿਤ ਰੋਡ ਮੈਪ ਤਿਆਰ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਗੰਨਾ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਇਥੈਨੋਲ ਵੀ ਬਣਾਉਣ ਬਾਇਓਫਿਊਲ ਨਾਲ ਜੁੜੀਆਂ ਵਿਵਸਥਾਵਾਂ ਨੂੰ ਕਿਸਾਨ ਆਸਾਨੀ ਨਾਲ ਅਪਣਾਰੇ ਨੇ। ਇਸ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਦਰਜ ਹੋ ਰਿਹਾ ਹੈ, ਉੱਥੇ ਖੇਤੀ ਰਹਿਣ ਦੇ ਖਰਚੇ ਦੀ ਸਾਂਭ ਸੰਭਾਲ ਵਿੱਚ ਵੀ ਮਦਦ ਮਿਲ ਰਹੀ ਹੈ। ਆਪ ਇਥੈਨੋਲ इक्कीसवीं सदी के भारत की बड़ी प्राथमिकताओं से जुड़ गया है इथेनॉल पर फोकस से पर्यावरण के साथ ही एक बेहतर और बेहतर प्रभाव किसानों के जीवन पर भी पड़ रहा है आज हमने पेट्रोल में 20 प्रतिशत इथेनॉल ब्लेंडिंग के लक्ष्य को 2025 तक पूरा करने का संकल्प किया है ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਾਲਾ ਤੇ ਵਾਤਾਵਰਨ ਜੰਗਲਾਤ ਤੇ ਪੌਣ ਪਾਣੀ ਵਿੱਚ ਤਬਦੀਲੀ ਬਾਰੇ ਮੰਤਾਲਾ ਵੱਲੋਂ ਸਾਂਝੇ ਤੌਰ ਤੇ ਕਰਵਾਏ ਗਏ ਸਮਾਗਮ ਨੂੰ ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਸੰਬੋਧਨ ਕੀਤਾ ਉਹਨਾਂ ਇਸ ਮੌਕੇ ਇਥੈਨੋਲ ਮਿਸ਼ਰਤ ਤੇ ਪੈਟਰੋਲ ਅਤੇ ਕੰਪਰੈਸਟ ਬਾਇਓਗੈਸ ਪ੍ਰੋਗਰਾਮਾ ਦੇ ਤਹਿਤ ਕਿਸਾਨਾਂ ਤੇ ਹੋਰ ਹਿੱਤ ਧਾਰਕਾਂ ਦੇ ਤਜਰਬਿਆਂ ਬਾਰੇ ਜਾਣਕਾਰੀ ਹਾਸਲ ਕੀਤੀ ਗੱਲਬਾਤ ਦੌਰਾਨ ਉਹਨਾਂ ਸਰਕਾਰ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਉਪਰਾਲਿਆਂ ਦਾ ਵੀ ਜ਼ਿਕਰ ਕੀਤਾ ਇਸ ਸਾਲ ਦੇ ਸਮਾਗਮ ਦਾ ਥੀਮ ਰੱਖਿਆ ਗਿਆ ਹੈ ਬਿਹਤਰ ਵਾਤਾਵਰਨ ਲਈ ਜੈਵਿਕ ਇੰਦਰਾ ਨੂੰ ਹੁਲਾਰਾ ਇਸ ਮੌਕੇ EV ਨੋਟੀਫਿਕੇਸ਼ਨ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ ਜਿਸ ਨਾਲ ਹੁਣ ਤੇਲ ਕੰਪਨੀਆਂ ਪੈਟਰੋਲ ਵਿੱਚ 20% ਦਾ ਇਥਨੋਲ ਮਿਕਸ ਕਰ ਸਕਣਗੇ ਇਸ ਯੋਜਨਾ ਨੂੰ ਇੱਕ ਅਪ੍ਰੈਲ 2023 ਤੱਕ ਅਮਲੀ ਜਾਮਾ ਪਹੁੰਚਾਉਣ ਦੀ ਸਲਾਹ ਦਿੱਤੀ ਗਈ ਹੈ ਇਸ ਮੌਕੇ ਪ੍ਰਧਾਨ ਮੰਤਰੀ ਨੇ ਡਿਸਪੈਂਸਿੰਗ ਸਟੇਸ਼ਨਾਂ ਦੇ ਇੱਕ ਪਾਇਲਟ ਪ੍ਰੋਜੈਕਟ ਦੀ ਵੀ ਸ਼ੁਰੂਆਤ ਕੀਤੀ ਜਿਸ ਨੂੰ ਪੂਨੇ ਵਿੱਚ ਤਿੰਨ ਥਾਵਾਂ ਤੇ ਸ਼ੁਰੂ ਕੀਤਾ ਗਿਆ ਹੈ ਭਾਰਤ ਵਿੱਚ ਪਿਛਲੇ 24 ਘੰਟੇ ਦੌਰਾਨ 1,20,090 ਕਰੋਨਾ ਮਾਮਲੇ ਦੀ ਪੁਸ਼ਟੀ ਹੋਈ ਹੈ। ਇਹ ਗਿਣਤੀ ਪਿਛਲੇ 58 ਦਿਨਾਂ ਵਿੱਚ ਸਭ ਤੋਂ ਘੱਟ ਐਕਟਿਵ ਕੇਸਾਂ ਵਿੱਚ ਲਗਾਤਾਰ ਹੇਠਾਂ ਵੱਲ ਜਾਂਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਸ ਵੇਲੇ ਦੇਸ਼ ਵਿੱਚ ਐਕਟਿਵ ਮਾਮਲੇ ਹੋਰ ਘਟ ਕੇ 15,55,248 ਰਹਿ ਗਏ ਨੇ। ਲਗਾਤਾਰ 9 ਦਿਨਾਂ ਤੋਂ 2 ਲੱਖ ਤੋਂ ਘੱਟ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ। ਪਿਛਲੇ 24 ਘੰਟੇ ਦੌਰਾਨ ਐਕਟਿਵ ਮਾਮਲੇ ਵਿੱਚ 80,745 ਕੇਸਾਂ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਦੇਸ਼ ਵਿੱਚ ਹੁਣ ਤੱਕ 2 ਕਰੋੜ 67 ਲੱਖ ਤੋਂ ਵੱਧ ਦੇ ਵਿਅਕਤੀ ਕੋਵਿਡ ਲਾਗ ਤੋਂ ਮੁਕਤ ਲਾਣੇ 193894 ਮਰੀਜ਼ ਸਿਹਤਯਾਬ ਲانے ਜਾ ਚੁੱਕੇ ਨੇ 23 ਦਿਨ ਲਗਾਤਾਰ ਰੋਜ਼ਾਨਾ 90 ਮਾਮਲਿਆਂ ਦੇ ਮੁਕਾਬਲੇ ਵਧੇਰੇ ਰੋਜ਼ਾਨਾ ਰਿਕਵਰੀ ਦੇ ਮਾਮਲੇ ਰਿਪੋਰਟ ਹੋਏ ਨੇ ਕੌਮੀ ਰਿਕਵਰੀ ਦਰ ਵਿੱਚ ਨਿਰੰਤਰ ਵਾਧਾ ਜਾਰੀ ਹੈ ਅਤੇ ਅੰਕੜਾ ਅੱਜ 93.38% ਤੇ ਪਹੁੰਚ ਗਿਆ ਹੈ ਹਫਤਾਵਾਰੀ ਪੋਜ਼ਿਟਿਵਿਟੀ ਦਰ ਇਸ ਵੇਲੇ 6.89% ਦਰਜ ਕੀਤੀ ਜਾ ਰਹੀ ਹੈ ਰੋਜ਼ਾਨਾ ਪੋਜ਼ਿਟਿਵਿਟੀ ਦਰ ਹੋਰ ਘਟ ਕੇ 5.42% ਤੇ ਰਹਿ ਗਈ ਹੈ ਲਗਾਤਾਰ 12 ਦਿਨ ਇਹ ਦਰ 10% ਤੋਂ ਘਟਦਾ ਚਲ ਰਹੀ ਹੈ ਦੇਸ਼ ਦੀ ਕੋਵਿਡ ਟੈਸਟਿੰਗ ਸਮਰੱਥਾ ਵਿੱਚ ਚੰਗਾ ਵਾਧਾ ਦਰਜ ਹੋਇਆ ਹੈ ਹੁਣ ਤੱਕ ਕੁੱਲ 36.5 ਕਰੋੜ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਨੇ ਕਮੇਟੀ ਕਾਰਜ ਮਹਿਮ ਤਹਿਤ 2 ਕਰੋੜ 38 ਲੱਖ ਤੋਂ ਵੱਧ ਲਾਭਪਾਤਰੀ ਨੂੰ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ ਸੋਚਾਤੇ ਪ੍ਰਸਾਦ ਮੰਤਰੀ ਪ੍ਰਕਾਸ਼ ਚਾਵੜਕਰ ਨੇ ਕੋਵਿਡ ਦੇ ਮਾੜੇ ਪ੍ਰਬੰਧਨ ਅਤੇ ਕੋਵਿਡ ਵਿਕਤੀ ਤੋਂ ਫਾਇਦਾ ਕਮਾਉਣ ਲਈ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ ਹੈ ਉਹਨਾਂ ਕਾਂਗਰਸ ਤੇ ਆਪਣੀ ਅੰਦਰੂਨੀ ਸਿਆਸੀ ਖਿੱਚੋਤਾਣ ਦੇ ਚਲਦਿਆਂ ਪੰਜਾਬ ਦੇ ਲੋਕਾਂ ਦੀ ਅਣਦੇਖੀ ਕਰਨ ਦਾ ਵੀ ਦੋਸ਼ ਲਗਾਇਆ ਕੇਂਦਰੀ ਮੰਤਰੀ ਨੇ ਇੱਕ ਅੰਗਸੀ ਆਗੂ ਰਾਹੁਲ ਗਾਂਧੀ ਨੂੰ ਦੂਜਿਆਂ ਨੂੰ ਨਸੀਹਤ ਦੇਣ ਦੀ ਥਾਂ ਤੇ ਪੰਜਾਬ ਵਿੱਚ ਚੱਲ ਰਹੇ ਮਾੜੇ ਪ੍ਰਬੰਧਾਂ ਵੱਲ ਧਿਆਨ ਦੇਣ ਲਈ ਕਿਹਾ ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਕਾਸ਼ ਜਵੜਕਰ ਨੇ ਕਿਹਾ ਕਿ ਕੇਂਦਰ ਵੱਲੋਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 22 ਕਰੋੜ ਤੋਂ ਵੱਧ ਕੋਵਿਡ ਟੀਕਿਆਂ ਦੀਆਂ ਖੁਰਾਕਾਂ ਮੁਹੱਈਆ ਕਰਤੀਆਂ। ਯਾਨੀ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕੋਵੈਕਸਿਨ ਦੀਆਂ 1,40,000 ਤੋਂ ਵੱਧ ਖੁਰਾਕਾਂ 400 ਰੁਪਏ ਦੀ ਕੀਮਤ ਤੇ ਹਾਸਲ ਕੀਤੀਆਂ। ਉਹਨਾਂ ਦੋਸ਼ ਲਾ ਕੇ ਪੰਜਾਬ ਸਰਕਾਰ ਨੇ 20 ਨਿੱਜੀ ਹਸਪਤਾਲਾਂ ਨੂੰ ਵੀ ਖੁਰਾਕੇ 1000 ਰੁਪਏ ਦੀ ਕੀਮਤ ਤੇ ਟੀਕੇ ਅੱਗੇ ਮੁਹੱਈਆ ਕਰਵਾ ਦਿੱਤੇ ਤੇ ਹਸਪਤਾਲਾਂ ਵੱਲੋਂ ਲਾਹ-ਪਾਤਣ ਨੂੰ 1500 ਰੁਪਏ ਦੀ ਲਾਗਤ ਤੇ ਇੱਕ ਸਿੰਗਲ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ। ਕੇਂਦਰੀ ਮੰਤਰੀਆਂ ਟੀਕਿਆਂ ਦੀ ਅਲਾਕਮੈਂਟ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਬਦਲਵੀਆਂ ਮੰਗਾ ਤੇ ਵੀ ਸਵਾਲ ਚੁੱਕਿਆ ਉਹਨਾਂ ਨੇ ਕਿ ਪਹਿਲਾਂ ਪੰਜਾਬ ਸਰਕਾਰ ਵੱਲੋਂ ਟੀਕਾਕਰਨ ਮਹਿੰਮ ਦੇ ਵੀ ਕੇਂਦਰੀਕਰਨ ਦੀ ਮੰਗ ਕੀਤੀ ਗਈ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਪੰਜਾਬ ਵੱਲੋਂ ਟੀਕਾਕਰਨ ਦੇ ਕੇਂਦਰੀਕਰਨ ਦੀ ਮੰਗ ਕੀਤੀ ਜਾ ਰਹੀ ਹੈ ਵੈਕਸੀਨ ਦਾ ਅਨੈਲਮੈਂਟ ਠੀਕ ਨਹੀਂ ਹੋ ਰਹਾ ਹੈ ਵਹਾ ਟੈਸਟਿੰਗ ਵਰ ਬਾਕੀ ਵਿਸ਼ਿਆਂ ਵਿੱਚ ਵੀ ਸਰਕਾਰ ਦਾ ਜੈਸਾ ਧਿਆਨ ਹੋਣਾ ਚਾਹੀਏ ਨਹੀਂ ਹੈ और पिछले छह महीने से यह आपसी लड़ाई उनकी चल रही है आज तो पूरा पंजाब पार्टी और सरकार दिल्ली में है पिछले तीन चार दिन से वह पंजाब को कौन देखेगा अपनी इंटरनल पॉलिटिक्स के लिए पंजाब के लोगों की अनदेखी करना ये कांग्रेस का बड़ा पाप है ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਦਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਨਿੱਜੀ ਹਸਪਤਾਲਾਂ ਤੋਂ ਕੋਵਿਡ ਟੀਕੇ ਫੌਰੀ ਵਾਪਸ ਲੈਣ ਦਾ ਹੁਕਮ ਜਾਰੀ ਕੀਤਾ ਹੈ ਸੂਬੇ ਦੇ ਸਿਹਤ ਮੰਤਰੀ ਬਲਬੀਤ ਸਿੰਘ ਸਿੱਧੂ ਨੇ ਦੱਸਿਆ ਕਿ ਪ੍ਰਾਈਵੇਟ ਹਸਪਤਾਲਾਂ ਨੂੰ ਮੁਹੱਈਆ ਕਰਵਾਈ ਗਈ ਇੱਕ ਸਮਿਤੀ ਸੀ ਮੇਂ ਟੀਕਾ ਖੁਰਾਕ ਵਾਪਸ ਲੈਣ ਦੀ ਹਦਾਇਤਾਂ ਦਿੱਤੀ ਗਈਆਂ ਨੇ ਯਾਨੀ ਇਹ ਖੁਰਾਕਾ ਹੁਣ 18 ਤੋਂ 44 ਸਾਲ ਤੱਕ ਦੇ ਵਿਅਕਤੀਆਂ ਨੂੰ ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ ਮੁਫਤ ਦਿੱਤੀਆਂ ਜਾਣਗੀਆਂ ਮంత్రి ਨੇ ਦੱਸਿਆ ਕਿ ਕੋਵਿਡ ਟੀਕਾਕਰਨ ਲਈ ਸੂਬਾ ਇੰਚਾਰਜ ਵਿਕਾਸ ਗਰਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪ੍ਰਾਈਵੇਟ ਹਸਪਤਾਲਾਂ ਨੂੰ ਤਕਰੀਬਨ 42000 ਖੁਰਾਕਾਂ ਵੰਡੀਆਂ ਗਈਆਂ ਸਨ ਜਿਨ੍ਹਾਂ ਚੋਂ ਸਿਰਫ 600 ਖੁਰਾਕਾਂ ਹੀ ਲੋਕਾਂ ਨੂੰ ਹੁਣ ਤੱਕ ਲਗਾਈਆਂ ਗਈਆਂ ਨੇ ਮੰਤਰੀ ਨੇ ਦੱਸਿਆ ਕਿ ਸਾਰੇ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਕਿ ਕਿਸੇ ਵੀ ਪ੍ਰਾਈਵੇਟ ਹਸਪਤਾਲ ਨੂੰ ਟੀਕਿਆਂ ਦੀ ਕੋਈ ਨਵੀਂ ਅਲਾਟਮੈਂਟ ਨਾ ਕੀਤੀ ਜਾਵੇ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਮੌਜੂਦ ਟੀਕਿਆਂ ਦੇ ਖੁਰਾਕਾਂ ਫੌਰੀ ਤੌਰ ਤੇ ਵਾਪਸ ਲੈ ਲਈਆਂ ਜਾਣ ਸ਼ੇਤਮੰਤ ਨੇ ਪ੍ਰੋਸਧਵਾਇਆ ਕਿ ਪੰਜਾਬ ਸਰਕਾਰ ਕੋਵਿਡ ਦੇ ਮਰੀਜ਼ਾਂ ਨੂੰ ਬਿਨਾਂ ਕਿਸੇ ਭੇਤ ਭਾਵ ਦੇ ਸਾਰੀਆਂ ਇਲਾਜ ਸੇਵਾਵਾਂ ਦੇਣ ਲਈ ਵਚਨਬੱਧ ਹੈ ਸਰਕਾਰੀ ਹਸਪਤਾਲਾਂ ਵਿੱਚ ਸਾਰੇ ਲਾਪਤਾਿਆਂ ਦਾ ਮੁਫਤ ਟੀਕਾ ਕੰਨ ਕੀਤਾ ਜਾ ਵਿਗਾ ਉਹਨਾਂ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 2021-22 ਦੇ ਬਜਟ ਵਿੱਚ ਇਸ ਬੰਦੀ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਮੰਤਰੀ ਨੇ ਕਿਹਾ ਕਿ ਪ੍ਰਾਈਵੇਟ ਹਸਪਤਾਲ ਹੁਣ ਟੀਕੇ ਅਪਣਾਉਣ ਵਾਲੀਆਂ ਕੰਪਨੀਆਂ ਤੋਂ ਸਿੱਧੇ ਟੀਕੇ ਹਾਸਲ ਕਰਨਗੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਸਰਕਾਰ ਨੂੰ ਜਮ੍ਹਾਂ ਕਰਵਾਇਆ ਗਿਆ ਟੀਕਾ ਫੰਡ ਛੇਤੀ ਵਾਪਸ ਮੋੜਿਆ ਜਾਵੇਗਾ ਵੱਲਵੀ ਸਿੰਘ ਸਿੱਧੂ ਨੇ ਕਹਿ ਕੇ ਕੋਰੋਨਾ ਵਾਇਰਸ ਨਾਲ ਲੜਨ ਲਈ ਇੱਕ ਵੱਡਾ ਕਦਮ ਚੁੱਕਦੇ ਆ ਪੰਜਾਬ ਸਰਕਾਰ ਨੇ ਪਹਿਲਾਂ ਤੋਂ ਹੀ ਮਾਨਤਾ ਪ੍ਰਾਪਤ ਪ੍ਰਾਈਵੇਟ ਹਸਪਤਾਲਾਂ ਵਿੱਚ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕੋਵਿਡ-19 ਮਰੀਜ਼ਾਂ ਦਾ ਮੁਫਤ ਇਲਾਜ ਕੰਸਬੰਦੀ ਐਲਾਨ ਕਰ ਦਿੱਤਾ ਸੀ ਇਸ ਯੋਜਨਾ ਦੇ ਘੇਰੇ ਅੰਦਰ ਸੂਬੇ ਦੇ 39.57 ਲੱਖ ਦੇ ਕਰੀਬ ਪਰਿਵਾਰ ਆਉਂਦੇ ਨੇ ਪ੍ਰਾਈਵੇਟ ਹਸਪਤਾਲਾਂ ਤੇ ਲੈਬਾਰਟਰੀਆਂ ਵੱਲ ਵੱਧੂ ਪੈਸੇ ਲੈ ਜਾਣ ਸੰਬੰਧੀ ਸ਼ਿਕਾਇਤਾਂ ਬਾਰੇ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਮਹਾਮਾਰੀ ਰੋਕ ਐਕਟ ਅਤੇ ਆਫਤ ਪ੍ਰਬੰਧਨ ਐਕਟ ਤਹਿਤ ਫੌਰੀ ਟੋਕਵੇਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਨੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਦੀ ਤਰ੍ਹਾਂ ਪੰਜਾਬ ਵਿੱਚ ਵੀ ਕਰੋਨਾ ਤੋਂ ਸਿਹਤਯਾਬ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਨਵੇਂ ਪੁਸ਼ਟੀ ਵਾਲੇ ਮਾਮਲੇ ਤੋਂ ਵੱਧ ਦਰਜ ਹੋ ਰਹੀ ਹੈ ਸੂਬੇ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਜਾਰੀ ਮੀਡੀਆ ਬਲਟਨ ਮੁਤਾਬਕ ਬੀਤੇ 24 ਘੰਟੇ ਦੌਰਾਨ ਪੰਜਾਬ ਵਿੱਚ 4314 ਵਿਅਕਤੀਆਂ ਨੇ ਕਰੋਨਾ ਲਾਗ ਤੋਂ ਮੁਕਤੀ ਹਾਸਲ ਕੀਤੀ ਹੈ ਇਸ ਹਫ਼ਤੇ ਦੌਰਾਨ ਕਰੋਨਾ ਦੇ 2009 ਨਵੇਂ ਮਾਮਲੇ ਸਾਹਮਣੇ ਆਏ ਨੇ ਅਤੇ ਇਸ ਮਹਾਮਾਰੀ ਨੇ ਸੂਬੇ ਵਿੱਚ 71 ਹੋਰ ਜਾਨਾਂ ਲਈਆਂ ਨੇ ਪੰਜਾਬ ਵਿੱਚ ਇਸ ਵੇਲੇ ਕਰੋਨਾ ਦੇ 26270 ਐਕਟਿਵ ਮਰੀਜ਼ ਨੇ ਸੂਬੇ ਵਿੱਚ ਕੁੱਲ ਕਰੋਨਾ ਪੋਜ਼ਿਟਿਵ ਮਰੀਜ਼ਾਂ ਦੀ ਗਿਣਤੀ 570119 ਤੱਕ ਪਹੁੰਚ ਗਈ ਹੈ ਜਿਨ੍ਹਾਂ ਵਿੱਚੋਂ 534915 ਮਰੀਜ਼ਾਂ ਨੂੰ ਸਿਹਤਿਆਭਲਾਨਾ ਜਾ ਚੁੱਕਾ ਹੈ ਇਸ ਮਹਾਂਮਾਰੀ ਨਾਲ ਪੰਜਾਬ ਵਿੱਚ ਹੁਣ ਤੱਕ 14927 ਮੌਤਾਂ ਹੋ ਚੁੱਕੀਆਂ ਨੇ ਲੁਧਿਆਣਾ ਵਿੱਚ ਇਸ ਵੇਲੇ ਕਰੋਨਾ ਦੇ 3065 ਐਕਟਿਵ ਮਾਮਲੇ ਨੇ ਅੰਮ੍ਰਿਤਸਰ ਵਿੱਚ ਕਰੋਨਾ ਦੇ 2344 ਅਤੇ ਜਲੰਧਰ ਵਿੱਚ 2305 ਮਰੀਜ਼ ਜਿਹੜੇ ਇਲਾਜ ਨੇ ਇਸ ਨਾਲ ਹੀ ਖਬਰਾਂ ਦਾ ਇਹ ਬਲਟਨ ਖਤਮ ਹੁੰਦਾ ਹੈ ਆਗਿਆ ਦਿਓ ਧੰਨਵਾਦ